ਸਰ, ਇੱਕ ਤਰ੍ਹਾਂ ਨਾਲ ਇਹਨਾਂ ਆਮ ਲੋਕਾਂ ਦੀ ਜ਼ਿੰਦਗੀ ਦੇ ਨਾਲ ਖਿਲਵਾੜ ਹੋ ਰਿਹਾ ਇਹ, ਕਿਉਂਕਿ ਕਿਸੇ ਦਾ ਹੁਣ ਤੁਸੀਂ ਦੇਖਦੇ ਹੋ ਕੋਈ 4 ਦਿਨ ਤੋਂ ਮੁੜ ਕੇ ਜਾਂਦੇ ਆ, ਦੇਖ ਲਈ ਉਹ ਕਾਗਜ਼, ਹਾਰਟ ਦੀ ਬਿਮਾਰੀ ਆ, 4 ਦਿਹਾੜੀ ਹੋ ਗਏ ਆ ਤਾਂ ਉਹ ਮੁੜ ਜਾਂਦਾ। ਸ਼ਨੀਵਾਰ ਨੂੰ ਵੀ ਆਇਆ ਪਰਚੀ ਦੇਖੀ ਕੀ ਦਫ਼ਤਰ ਹੀ ਬੰਦ ਹੈ, ਮੈਨੂੰ ਆਹ 12 ਨੰਬਰ ਕਮਰੇ 'ਚ ਮਿਲਦੇ ਹੁੰਦੇ ਆ, ਹਾਰਟ ਦਾ ਪ੍ਰੈਸ਼ਰ ਹੋ। ਅਸੀਂ 4 ਦਿਨ ਹੋ ਗਏ, ਮੇਰੀ ਤਾਂ ਸਬਜ਼ੀ ਖਰਾਬ ਹੋ ਗਈ ਸਾਹਿਬ, ਟਮਾਟਰ ਤੁਹਾਨੂੰ ਪਤਾ ਹੀ ਆ ਗਰਮੀ ਦਾ ਟਾਈਮ 'ਚ, ਕੋਈ ਗੋਭੀ ਅਗਰ 2 ਦਿਨ ਰਹਿ ਜਾਊਗਾ ਤਾਂ ਚੱਲੂਗਾ, ਗੋਬਰ ਹੋ ਜਾਂਦਾ। ਅੱਜ ਸੂਬੇ ਭਰ ਵਿੱਚ OPD ਸੇਵਾਵਾਂ ਬੰਦ ਰਹਿਣ ਕਾਰਨ ਜਿੱਥੇ ਮਰੀਜ਼ ਕਾਫੀ ਪਰੇਸ਼ਾਨ ਦੇਖਣ ਨੂੰ ਮਿਲ ਰਹੇ ਨੇ, ਅੱਜ ਮੋਗਾ ਦੇ ਸਿਵਲ ਹਸਪਤਾਲ ਵਿੱਚ ਖੜ੍ਹੇ ਹਾਂ, ਡਾਕਟਰਾਂ ਦੀ ਹੜਤਾਲ ਕਾਰਨ ਕਾਫੀ ਜਿਹੜੀ ਮਰੀਜ਼ਾਂ ਨੂੰ ਮੈਮ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ, ਦੂਰੋਂ ਦੂਰੋਂ ਚੱਲ ਕੇ ਜਿਹੜੇ ਮਰੀਜ਼ ਆਏ ਆ, ਕੀ ਕਹਿਣਾ ਚਾਹੋਗੇ? ਸਰਕਾਰ ਇੱਕ ਪਾਸੇ, ਦੂਸਰੇ ਪਾਸੇ ਡਾਕਟਰ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ। ਸਰ, ਮੈਂ ਇਹ ਕਹਿਣਾ ਚਾਹਾਂਗੀ ਕਿ ਜੋ ਵੀ ਉਹਨਾਂ ਦਾ ਬਣਦਾ ਹੱਕ ਹੈ ਡਾਕਟਰਾਂ ਦਾ, ਚਾਹੇ ਉਹ ਕੋਈ ਵੀ ਵਿਭਾਗ ਹੋਵੇ, ਚਾਹੇ ਉਹ ਅਧਿਆਪਕ ਵਰਗ ਹੋਵੇ, ਚਾਹੇ ਉਹ ਡਾਕਟਰ ਹੋਣ, ਉਹਨਾਂ ਦਾ ਬਣਦਾ ਹੱਕ ਉਹਨਾਂ ਨੂੰ ਦੇਣਾ ਚਾਹੀਦਾ ਹੈ, ਤਾਂ ਕਿ ਉਹ ਆਪਣਾ ਜਿਹੜਾ ਸਮਾਂ ਹੈ ਅੱਗੇ ਆਮ ਲੋਕਾਂ ਨੂੰ ਦੇ ਸਕਣ। ਹੁਣ ਦੇਖੋ ਜਿਹੜੇ ਇਹ ਲੋਕ ਨੇ, ਇਹਨਾਂ ਵਿੱਚੋਂ ਕਈ ਲੋਕ ਅਜਿਹੇ ਨੇ ਜਿਹੜੇ ਦਿਹਾੜੀ ਕਰਕੇ ਸ਼ਾਮ ਨੂੰ ਆਪਦੀ ਰੋਟੀ ਪਕਾਉਂਦੇ ਨੇ ਜੀ, ਇਹ ਦੇਖੋ ਕਿ ਇਹ ਅੱਜ ਦਿਹਾੜੀ ਆਪਦੀ ਛੱਡ ਕੇ ਆਏ ਨੇ, ਇਹਨਾਂ ਦੀ ਰਾਤ ਨੂੰ ਰੋਟੀ ਦਾ ਜ਼ਿੰਮੇਵਾਰ ਕੌਣ ਹੈ ਜੀ? ਠੀਕ ਹੈ ਜੀ, ਅਸੀਂ ਇਹ ਚਾਹੁੰਦੇ ਹਾਂ, ਕਈ ਇੱਥੇ ਆਪਾਂ ਦੇਖਿਆ ਕਿ ਜਿਹੜੇ ਕਹਿੰਦੇ ਹੁਣ ਸਾਨੂੰ 4-5 ਦਿਨ 6 ਦਿਨ ਹੋ ਗਿਆ ਜੀ ਇੱਥੇ ਆਉਂਦਿਆਂ ਨੂੰ, ਅਤੇ ਹੁਣ ਜਦੋਂ ਮੈਂ ਵੀ ਸੁਬਾਹ ਆਈ ਤਾਂ ਮੈਂ ਦੇਖਿਆ ਕਿ ਜਿਹੜੀ OPD ਉਹ ਬੰਦ ਪਈ ਸੀ, ਅਤੇ ਜਿਹੜੇ ਕਾਫੀ ਲੋਕ ਸੀ ਜਿਹੜੇ ਉਹ ਥੱਲੇ ਬੈਠੇ ਹੋਏ ਸੀ, ਕਾਫੀ ਲੋਕ ਖੜ੍ਹੇ ਹੋਏ ਸੀ, ਬਜ਼ੁਰਗ ਸੀ ਜਿਹੜੇ ਮੁੜਕੋ ਮੁੜਕ ਹੋਏ, ਕਾਫੀ ਕੋਈ ਲੱਤਾਂ ਲਮਕਾ ਕੇ ਬੈਠਾ ਹੋਇਆ, ਕੋਈ ਕਿਸ ਤਰ੍ਹਾਂ ਪਰੇਸ਼ਾਨ ਨਜ਼ਰ ਆ ਰਿਹਾ ਸੀ, ਕਿਉਂਕਿ ਗਰਮੀ ਬਹੁਤ ਜ਼ਿਆਦਾ। ਉਹਨਾਂ ਨੂੰ ਇਹ ਕਹਿੰਦਿਆਂ ਸੁਣਿਆ ਕਿ ਅਸੀਂ ਗਰਮੀ ਕਰਕੇ ਸੁਬਾਹ ਦੇ ਨਿਕਲੇ ਹੋਏ ਸੀ, ਪਰ ਜਦੋਂ ਅਸੀਂ ਇੱਥੇ ਆਇਆ ਤਾਂ ਅਸੀਂ ਦੇਖਿਆ ਕਿ ਜਗ੍ਹਾ ਜਗ੍ਹਾ ਅਸੀਂ ਪੜ੍ਹਾਇਆ, ਦੂਸਰਿਆਂ ਤੋਂ ਵੀ ਅਸੀਂ ਇਹਨੂੰ ਪੜ੍ਹਾਂ, ਸਾਨੂੰ ਨਹੀਂ ਪਤਾ ਲੱਗਦਾ ਅਸੀਂ ਪੜ੍ਹੇ ਲਿਖੇ ਮੁੰਡਿਆਂ ਤੋਂ ਪੜ੍ਹਾਇਆ, ਕਿਤੇ ਪੋਸਟਰ ਲੱਗੇ ਹੋਏ ਨੇ ਕਿ 3 ਦਿਨ ਜਿਹੜੇ OPD ਬੰਦ ਰਹੇਗੀ, ਡਾਕਟਰ 11 ਵਜੇ ਆਉਣਗੇ, ਜਿਹੜਾ ਕਿ ਇੱਕ ਬਹੁਤ ਵੱਡਾ ਇਹਨਾਂ ਨਾਲ ਬੇਇਨਸਾਫੀ ਹੈ ਆਮ ਲੋਕਾਂ ਦੇ ਨਾਲ ਜੀ। 3 ਦਿਨ ਲਗਾਤਾਰ ਹੜਤਾਲ ਰੱਖੀ ਗਈ ਆ, ਲੱਗਦਾ ਨਹੀਂ ਕਿ ਮਰੀਜ਼ਾਂ ਨੂੰ ਕਾਫੀ ਸਮੱਸਿਆ ਆਊਗੀ? ਸਰ, ਬਹੁਤ ਜ਼ਿਆਦਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਆਮ ਲੋਕਾਂ ਨੂੰ, ਬਹੁਤ ਜ਼ਿਆਦਾ ਜੀ। ਸਰਕਾਰ ਤਾਂ ਕਹਿੰਦੀ ਆ ਸਹੂਲਤਾਂ ਨਿਰਵਿਘਨ ਲੋਕਾਂ ਨੂੰ ਮਿਲ ਰਹੀਆਂ ਨੇ। ਸਰ, ਸਹੂਲਤਾਂ ਸਰਕਾਰ ਦੇ ਰਹੀ ਹੈ, ਬਟ ਕੋਈ ਵੀ ਕੰਮ ਹੈ ਜੀ, ਥੱਲੇ ਆ ਕੇ ਦੇਖੋ ਕਿ ਉਹ ਮਿਲ ਰਹੀਆਂ ਜਾਂ ਨਹੀਂ ਮਿਲ ਰਹੀਆਂ ਜੀ, ਫੀਲਡ 'ਚ ਆ ਕੇ ਦੇਖੋ ਕਿ ਉਹ ਸਹੂਲਤਾਂ ਮਿਲ ਰਹੀਆਂ ਆਮ ਲੋਕਾਂ ਨੂੰ। ਬਾਪੂ ਜੀ, ਹਸਪਤਾਲ 'ਚ ਆਏ ਹਾਂ ਦਵਾਈ ਲੈਣ ਵਾਸਤੇ, ਆਏ ਅੱਜ ਪਤਾ ਲੱਗਿਆ ਹੜਤਾਲ, ਕਾਫੀ ਪਰੇਸ਼ਾਨੀ ਤਾਂ ਬਹੁਤ ਆਈ, ਵਲਖੰਡੀ ਆਈ। ਕਾਹਦੀ ਦਵਾਈ ਲੈਣੀ ਸੀ? ਅਸਾਤੀ ਦੀ ਲੈਣੀ ਸੀ। ਤੇ ਮਿਲੇ ਨਹੀਂ ਡਾਕਟਰ? ਨਹੀਂ ਜੀ। ਹੁਣ ਫਿਰ ਬੈਠੇ ਬੈਠੇ ਆਏ, 6 ਵਜੇ ਆਏ ਸੀ। ਸਰ, ਇੱਕ ਤਰ੍ਹਾਂ ਨਾਲ ਇਹਨਾਂ ਆਮ ਲੋਕਾਂ ਦੀ ਜ਼ਿੰਦਗੀ ਦੇ ਨਾਲ ਖਿਲਵਾੜ ਹੋ ਰਿਹਾ ਇਹ, ਕਿਉਂਕਿ ਕਿਸੇ ਦਾ ਹੁਣ ਤੁਸੀਂ ਦੇਖਦੇ ਹੋ ਕੋਈ 4 ਦਿਨ ਤੋਂ ਮੁੜ ਕੇ ਜਾਂਦੇ ਆ, ਦੇਖ ਲਈ ਉਹ ਕਾਗਜ਼, ਹਾਰਟ ਦੀ ਬਿਮਾਰੀ ਆ, 4 ਦਿਹਾੜੀ ਹੋ ਗਏ ਆ ਤਾਂ ਉਹ ਮੁੜ ਜਾਂਦਾ। ਸ਼ਨੀਵਾਰ ਨੂੰ ਵੀ ਆਇਆ ਪਰਚੀ ਦੇਖੀ, 4 ਦਿਨ ਹੋ ਗਏ, ਬੁੱਧਵਾਰ ਨੂੰ ਵੀ ਆਇਆ ਮੁੜ ਗਿਆ। ਤੇ ਦਵਾਈ ਮਿਲੀ ਨਹੀਂ? ਨਹੀਂ ਜੀ, ਦਫ਼ਤਰ ਹੀ ਬੰਦ ਹੈ, ਮੈਨੂੰ ਆਹ 12 ਨੰਬਰ ਕਮਰੇ 'ਚ ਮਿਲਦੇ ਹੁੰਦੇ ਆ, ਹਾਰਟ ਦਾ ਪ੍ਰੈਸ਼ਰ ਹੋ। 2 ਸਾਲ ਦਾ ਫਰੀਦਕੋਟ ਭਰਤੀ, ਇੱਥੋਂ ਆਏ ਪਹਿਲੇ, ਫਿਰ ਫਰੀਦਕੋਟ ਭੇਜਤੇ, ਫਰੀਦਕੋਟ ਤੋਂ ਫਿਰ ਜਦੋਂ ਉੱਥੋਂ ਠੀਕ ਹੋ ਕੇ ਆਇਆ ਫਿਰ ਇੱਥੇ ਦਵਾਈ ਸ਼ੁਰੂ ਕੀਤੀ। 4 ਦਿਨ ਹੋ ਗਏ, ਦਿਹਾੜੀ ਛੋੜ ਗਿਆ ਤਾ, ਸਬਜ਼ੀ ਦਾ ਕੰਮ ਕਰਤਾ। ਕੀ ਮੰਗ ਕਰਦੇ ਸਰ? ਮੰਗ ਕੀ ਜੀ, ਦਵਾਈ ਟਾਈਮ ਸਾਵੇ ਕੋਈ ਮਿਲੇ। ਅਸੀਂ 4 ਦਿਨ ਹੋ ਗਏ, ਮੇਰੀ ਤਾਂ ਸਬਜ਼ੀ ਖਰਾਬ ਹੋ ਗਈ ਸਾਹਿਬ, ਟਮਾਟਰ ਤੁਹਾਨੂੰ ਪਤਾ ਹੀ ਆ ਗਰਮੀ ਦਾ ਟਾਈਮ 'ਚ, ਕੋਈ ਗੋਭੀ ਅਗਰ 2 ਦਿਨ ਰਹਿ ਜਾਊਗਾ ਤਾਂ ਚੱਲੂਗਾ, ਗੋਬਰ ਹੋ ਜਾਂਦਾ।
ਬਿਲਕੁਲ ਤੁਸੀਂ ਸੁਣਿਆ, ਮਰੀਜ਼ ਜਿਹੜੇ ਕਿ ਦਿਹਾੜੀ ਕਰਕੇ ਆਪਦਾ ਜਿਹੜਾ ਪਰਿਵਾਰ ਪਾਲਣ ਵਾਲੇ ਅਤੇ ਉਹ ਇੱਥੇ ਆ ਕੇ ਜਿਹੜਾ ਆਪਣੀ ਦਵਾਈ ਲੈਣ ਵਾਸਤੇ ਆਏ ਸੀ ਅਤੇ ਕਾਫੀ ਜਿਹੜਾ ਉਹਨਾਂ ਨੂੰ ਜਿਹੜਾ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ। ਮਰੀਜ਼ਾਂ ਦਾ ਕਹਿਣਾ ਕਿ ਚਾਰ ਪੰਜ ਦਿਨ ਹੋ ਗਏ ਸਾਨੂੰ ਇੱਥੇ ਆਉਂਦਿਆਂ ਨੂੰ, ਗੇੜੇ ਲਗਾਉਂਦਿਆਂ ਨੂੰ, ਪਰ ਸਾਨੂੰ ਅਜੇ ਤੱਕ ਦਵਾਈ ਨਹੀਂ ਮਿਲੀ ਅਤੇ ਸਰਕਾਰ ਨੂੰ ਵੀ ਚਾਹੀਦਾ ਕਿ ਜਿਹੜੇ ਡਾਕਟਰ ਸਾਹਿਬਾਨ ਨੇ ਉਹਨਾਂ ਦੀਆਂ ਮੰਗਾਂ ਨੂੰ ਜਿਹੜਾ ਤੁਰੰਤ ਪ੍ਰਵਾਨ ਕੀਤਾ ਜਾਵੇ ਅਤੇ ਜਿਹੜੀ ਹੜਤਾਲ ਇਹਨੂੰ ਖਤਮ ਕੀਤਾ ਜਾਵੇ ਤਾਂ ਜੋ ਜਿਹੜੇ ਮਰੀਜ਼ ਆ ਪਿੰਡਾਂ ਤੋਂ ਆ ਕੇ ਦਵਾਈ ਲੈਣ ਵਾਲੇ ਉਹਨਾਂ ਦੀ ਖੱਜਲ ਖਰਾਬੀ ਨਾ ਹੋਵੇ। ਕੈਮਰਾਮੈਨ ਸਾਰ ਦੇ ਨਾਲ ਸਤਿ ਸਿੰਘ ਰੌਲੀ, PTC ਨਿਊਜ਼, ਮੋਗਾ।